ਮੇਲਿਆਂ ਦੇ ਨਾਲ ਜੁੜੇ ਹੋਏ ਨੇ, ਇੱਥੇ ਦੇ ਪ੍ਰਬੰਧਕ ਜੁੜੇ ਹੋਏ ਨੇ। ਮੈਂ ਖਾਸ ਤੌਰ ਤੇ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਔਰ ਸਾਰੀ ਟੀਮ ਦਾ। ਇਹਦੇ ਵਿੱਚ ਸਾਰੀ ਨੂਰ ਮਹਿਲ ਦੀ ਇੱਕ ਕਿਸਮ ਦੀ ਤੁਸੀਂ ਕਹਿ ਲਓ ਵੀ ਇਹ ਗੁਲਦਸਤਾ ਹੈ, ਇੱਕ ਕਰੀਮ ਹੈ ਨੂਰ ਮਹਿਲ ਦੀ। ਪਾਰਟੀਵਾਦੀ ਤੋਂ ਉੱਪਰ ਉੱਠ ਕੇ, ਧਰਮਾਂ ਤੋਂ ਉੱਪਰ ਉੱਠ ਕੇ ਇੱਕ ਸੰਜੀਦਾ ਜੀ ਨੂਰ ਮਹਿਲ ਦੀ ਇਹ ਹਲਕੇ ਦੀ ਟੀਮ ਜਿਹੜੀ ਆ, ਜਿਹੜੀ ਇਸ ਛਿੰਝ ਮੇਲੇ ਨੂੰ ਇਹ ਰੂਪ ਰੇਖਾ ਦਿੰਦੀ ਆ, ਉਹਨੂੰ ਕਾਮਯਾਬ ਕਰਦੀ ਆ। ਉੱਥੇ ਸਾਰਿਆਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ, ਬਿਨਾਂ ਕਿਸੇ ਜਿਹੋ ਜਿਹਾ ਪੰਜਾਬ ਦਾ ਮੂੰਹ ਮਹਾਂਦਰਾ ਹੋਣਾ ਚਾਹੀਦਾ, ਜਿਹੋ ਜਿਹਾ ਇਹਨਾਂ ਮੇਲਿਆਂ ਦੀ ਦਿੱਖ ਹੋਣੀ ਚਾਹੀਦੀ ਆ, ਉਹੋ ਜਿਹੀ ਦਿੱਖ ਬਣਾਉਣ ਦੇ ਵਿੱਚ ਕਾਮਯਾਬ ਹੋਏ ਨੇ। ਮੈਂ ਬਹੁਤ ਸਾਰੇ ਪਿਆਰੇ ਚਿਹਰੇ ਦੇਖ ਰਹੀ ਹਾਂ, ਬਹੁਤ ਸਾਰੇ ਸਤਿਕਾਰਯੋਗ ਚਿਹਰੇ ਦੇਖ ਰਹੀ ਹਾਂ, ਜਿਹੜੇ ਵੱਖ ਵੱਖ ਪਾਰਟੀਆਂ ਤੋਂ, ਵੱਖ ਵੱਖ ਧਰਮਾਂ ਤੋਂ ਸਟੇਜਾਂ ਦੇ ਉੱਤੇ ਬਿਰਾਜਮਾਨ ਨੇ। ਸੰਗਤ ਜਿਹੜੀ ਆ ਉਹ ਇਹ ਨਹੀਂ ਕਿ ਵੀ ਥੋੜ੍ਹੀ ਜਿਹੀ ਸੰਗਤ ਆ, ਮਾਮੂਲੀ ਸੰਗਤ ਆ, ਬਹੁਤ ਵੱਡੀ ਸੰਗਤ। ਔਰ ਸਾਰੇ ਹੀ ਸੰਜੀਦਾ ਲੋਕ, ਜਿਹੜੇ ਪਿੰਡਾਂ ਦੇ ਮੋਢਵਾਰ ਲੋਕ ਇਸ ਮੇਲੇ ਦੇ ਵਿੱਚ ਸ਼ਾਮਲ ਹੋਏ ਨੇ, ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਮੈਂ ਆਸ ਕਰਦੀ ਹਾਂ ਕਿ ਸਾਰੇ ਮੇਲੇ ਨੂੰ ਇਸੇ ਤਰ੍ਹਾਂ ਭਾਗ ਲਾਇਆ ਕਰੋ, ਇਹ ਬਹੁਤ ਮਿਹਨਤ ਲੱਗਦੀ ਆ ਮੇਲਿਆਂ ਨੂੰ ਉਸਾਰਨ ਦੇ ਵਿੱਚ। ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ, ਸਾਡੇ ਸੀਐਮ ਸਾਹਿਬ, ਜਿਹੜੇ ਇਹੋ ਜਿਹੇ ਮੇਲੇ, ਮੈਂ ਇਹ ਸਮਝਦੀ ਹਾਂ ਇਹ ਮੇਲੇ ਵਾਪਸ ਪਲਟੇ ਨੇ। ਇਹ ਮੇਲੇ ਜਿਹੜੇ ਲੱਗਣੇ ਸ਼ੁਰੂ ਹੋਏ, ਜਿਹੜੇ ਸਦੀਆਂ ਤੋਂ ਲੱਗਦੇ ਸ਼ੁਰੂ ਹੋਏ ਆਏ ਹੋਏ ਨੇ, ਇਹਨਾਂ ਦੇ ਵਿੱਚ ਰੌਣਕਾਂ ਵਾਪਸ ਆਈਆਂ ਨੇ, ਪੰਜਾਬ ਦੇ ਲੋਕਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀਆਂ ਵਾਪਸ ਆਈਆਂ ਨੇ। ਔਰ ਇਹਦਾ ਜਿਹੜਾ ਸਿਰਾ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਵੀ ਜਾਂਦਾ, ਉਹਨਾਂ ਦੀ ਸੁਚੱਜੀ ਅਗਵਾਈ ਨੂੰ ਵੀ ਜਾਂਦਾ, ਤੇ ਤੁਹਾਡਾ ਸਾਰਿਆਂ ਦਾ ਸਾਥ, ਜਿਨ੍ਹਾਂ ਨੇ ਆਪੋ ਆਪਣੀਆਂ ਪਾਰਟੀਆਂ ਨੂੰ ਵੀ ਤਲਾਂਜਲੀ ਦਿੱਤੀ ਹੈ, ਜੇ ਮੈਂ ਕਹਿ ਲਵਾਂਗਾ, ਜਿਨ੍ਹਾਂ ਨੇ ਪਿਛਲੇ ਸਮੇਂ 'ਚ ਵੱਡੇ ਨੁਕਸਾਨ ਕੀਤੇ, ਉਹਨਾਂ ਨੂੰ ਵੀ ਪਾਸੇ ਰੱਖ ਕੇ ਵੱਡੀ ਪੱਧਰ ਤੇ ਸੰਗਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਨਾਲ ਵੀ ਜੁੜੀ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਵੀ ਦੇਖੇ ਨੇ, ਜਿਨ੍ਹਾਂ ਨੇ ਉਹ ਸੁਪਨੇ ਪੂਰੇ ਹੁੰਦੇ ਨਜ਼ਰ ਆ ਰਹੇ। ਬਹੁਤ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਮੈਨੂੰ ਇੱਥੇ ਤੁਹਾਡੇ ਸਭ ਦੇ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਾਏ। ਇੱਕ ਵਾਰੀ ਫੇਰ ਤੋਂ ਸਭ ਨੂੰ ਲੱਖ ਲੱਖ ਵਧਾਈਆਂ ਅੱਜ ਦੇ ਮੇਲੇ ਦੀਆਂ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਨ ਸਾਹਿਬ ਦਾ, ਜਿਹੜੇ ਬੜੇ ਸਿਆਸੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਸਾਡੇ ਛਿੰਝ ਮੇਲੇ 'ਚ ਪੁੱਜੇ। ਦਰਸ਼ਕ ਵੀਰੋ, ਜੇ ਕੁਸ਼ਤੀਆਂ ਵਧੀਆ ਲੱਗੀਆਂ, ਨੂਰ ਮਹਿਲ ਦਾ ਪ੍ਰਬੰਧ ਵਧੀਆ ਲੱਗਾ, ਇੱਕ ਵਾਰੀ ਲੱਖਾਂ ਦਾ ਦੇਵੇ ਨਾ ਤੇ ਤਾੜੀ ਮਾਰੇ ਜਰਾ ਜ਼ੋਰਦਾਰ। ਆ ਸਿਰਾ ਕਰਾਤਾ, ਆ ਉੱਪਰ ਕੌਣ ਆ? ਇਹ ਕਹਿੰਦੇ ਸਿਕੰਦਰ ਸ਼ੇਖ ਆ, ਹੇਠਲੇ ਪਾਸੇ ਆ ਬੱਗਾ ਕੋਹਾਲੀ ਵਾਲਾ, ਕਿ ਅਸੀਂ ਕੰਗਾ ਕੱਢਣ ਨੂੰ ਫਿਰਦੇ ਆ, ਤੁਸੀਂ ਫਿਰਦੇ ਰਾਜੀਨਾਮਿਆਂ ਨੂੰ। ਅੱਜ ਦਾ ਕੰਗਾ ਕੱਢਣ ਵਾਲੀ ਆ ਕੁਸ਼ਤੀ ਦਾ ਖਾਣੇ ਦੇ ਵਿੱਚ, ਇੱਧਰਲੇ ਪਾਸੇ ਲਾਲ ਰੰਗ ਦੇ ਲੰਗੋਟੇ ਦੇ ਇਹ ਆ ਕਹਿੰਦੇ ਰਵੀ ਬੇਰਾ, ਨੀਲੇ ਰੰਗ ਦੇ ਲੰਗੋਟੇ ਦੇ ਇਹ ਸਾਹਿਲ ਕੋਹਾਲੀ ਵਾਲਾ, ਇਹ ਵੀ ਕੁਸ਼ਤੀ ਖਾਣੇ ਦੇ ਵਿੱਚ ਇਸ ਸਮੇਂ ਸ਼ੁਰੂ ਹੋ ਗਈ ਆ। ਮੱਖਣ ਸ਼ੇਰ ਬਿਲਕੁਲ, ਜਿੱਥੇ ਲੱਖਾਂ ਰੁਪਈਆਂ ਦੇ ਨਗ ਦੇ ਨਾਮ ਹੈ ਕੰਗ ਸਾਹਿਬ, ਉੱਥੇ ਉੱਪਰ ਬੱਬੀ ਕੋਹਲੀ ਸਾਹਿਬ, ਉਹਨਾਂ ਵੱਲੋਂ 3000 ਰੁਪਇਆ ਜਿਹੜਾ ਵੀ ਜੇਤੂ ਰਿਹਾ ਤਿੰਨਾਂ ਕੁਸ਼ਤੀਆਂ ਵਿੱਚੋਂ ਉਹਨਾਂ ਨੂੰ ਦਿੱਤਾ ਜਾਵੇਗਾ। ਤੇ ਸਾਡੇ ਇੱਧਰ ਵੀਰ ਕਹਿੰਦੇ ਸਾਹਿਬ, ਉਹਨਾਂ ਵੱਲੋਂ ਵੀ 1000 ਰੁਪਇਆ ਤਦ ਤੋਂ ਉਹਨਾਂ ਦਾ ਧੰਨਵਾਦ ਹੈ। ਬਿਲਕੁਲ ਚਾਰੇ ਪਾਸੇ ਸੰਗਤ ਹੀ ਸੰਗਤ ਦੇਖ ਕੇ, ਦਰਸ਼ਕੀ ਦਰਸ਼ਕ ਦੇਖ ਕੇ, ਖੇਡ ਪ੍ਰੇਮੀ ਦੇਖ ਕੇ ਮਨ ਖੁਸ਼ ਹੋ ਰਿਹਾ। ਤਦ ਤੋਂ ਧੰਨਵਾਦ ਸਾਰੇ ਵੀਰਾਂ ਦਾ, ਸਾਰੇ ਪ੍ਰਬੰਧਕਾਂ ਦਾ। ਮੱਖਣ ਜੀ, ਇੱਧਰ ਤਾਂ ਕੁੰਡੀਆਂ ਦੇ ਸਿੰਘ ਫਸੇ ਪਏ ਆ। ਬਿਲਕੁਲ, ਕੁੰਡੀਆਂ ਦੇ ਸਿੰਘ ਫਸੇ ਦੀ ਕੁਸ਼ਤੀ ਆ ਸਿਕੰਦਰ ਸ਼ੇਖ, ਪੰਜਾਂ ਛਿਆਂ ਮਹੀਨਿਆਂ ਬਾਅਦ ਗੋਡੇ ਦਾ ਇਲਾਜ ਕਰਾ ਕੇ ਪੰਜਾਬ ਦੇ ਦੰਗਲਾਂ ਦੇ ਵਿੱਚ ਆ ਸਿਰ ਕੱਢ ਕੁਸ਼ਤੀਆਂ ਦਿਖਾਲਦਾ, ਹੇਠਲੇ ਪਾਸੇ ਬੱਗਾ ਕੋਹਾਲੀ ਆ, ਉੱਪਰਲੇ ਪਾਸੇ ਸਿਕੰਦਰ ਸ਼ੇਖ ਹੈ, ਉਧਰਲੇ ਪਾਸੇ ਰਵੀ ਵੇਰਾ ਤੇ ਨਾਲ ਸਾਹਿਲ ਕੋਹਾਲੀ ਆ। ਉੱਥੇ ਕੁਸ਼ਤੀ ਵੀ ਸਿਰੇ ਵੀ ਅਗਲੇ ਸਾਲ 2025 ਲਈ ਹਰਿੰਦਰਪਾਲ ਸਿੰਘ ਜੀ ਹੈਪੀ
ਮੱਲੀ ਯੂਕੇ ਤੇ ਬਲਵੀਰ ਸਿੰਘ ਜੀ ਮੱਲੀ ਯੂਕੇ ਪਿੰਡ ਕੰਡੇਲਾ ਕਲਾਂ ਉਹਨਾਂ ਵੱਲੋਂ 51,000 ਰੁਪਈਆ ਦਿੱਤਾ ਜਾਏਗਾ। ਬੀਬੀ ਕੁਲਵਿੰਦਰ ਕੌਰ ਪਤਨੀ ਸ਼੍ਰੀ ਕਸ਼ਮੀਰੀ ਲਾਲ ਜੀ ਬੈਂਸ ਨੂਰ ਮਹਿਲ ਵਾਲੇ ਉਹਨਾਂ ਵੱਲੋਂ 31,000 ਦਿੱਤਾ ਜਾਏਗਾ ਤੇ 21,000 ਰੁਪਈਆ ਸ਼੍ਰੀ ਲਵਪ੍ਰੀਤ ਕਾਲੋ ਵੱਲੋਂ ਆਪਣੇ ਸੁਰਗਵਾਸੀ ਪਿਤਾ ਸ਼੍ਰੀ ਸੋਨੂ ਕਾਲੋ ਦੀ ਯਾਦ ਵਿੱਚ ਇਹ ਵੀ 2025 ਦੇ ਵਿੱਚ ਦਿੱਤਾ ਜਾਏਗਾ। ਦਾਨ ਕਰਦੇ ਅਸੀਂ ਸਾਰੇ ਵੀਰਾਂ ਦਾ ਤੇ 2025 ਲਈ 25,000 ਰੁਪਈਆ ਜਿਹੜਾ ਪੁੱਜ ਗਿਆ। ਸ਼੍ਰੀ ਸ਼ੋਰ ਕੁਮਾਰ ਜੀ ਭਲਵਾਨ ਪੁੱਤਰ ਸ਼੍ਰੀ ਦਰਸ਼ਨ ਲਾਲ ਨੂਰ ਮਹਿਲ ਵਾਲੇ ਉਹਨਾਂ ਵੱਲੋਂ 31,000 ਰੁਪਈਆ। ਸ਼੍ਰੀ ਰਜੀਵ ਮਿਸਰ ਐਮ ਸੀ ਪੁੱਤਰ ਸ਼੍ਰੀ ਬਲਵਿੰਦਰ ਕੁਮਾਰ ਮਿਸਰ ਨੂਰ ਮਹਿਲ ਬੱਚਿਆਂ ਦੇ USA ਜਾਣ ਦੀ ਖੁਸ਼ੀ ਵਿੱਚ ਉਹਨਾਂ ਵੱਲੋਂ ਦਿੱਤਾ ਜਾਏਗਾ 31,000 ਰੁਪਈਆ। ਸ਼੍ਰੀ ਪ੍ਰੇਮ ਕੁਮਾਰ ਜੀ ਰਾਜੂ ਪੁੱਤਰ ਸ਼੍ਰੀ ਕਰਮਚੰਦ ਜੀ ਸਾਬਕਾ ਸਰਪੰਚ ਪਿੰਡ ਉੱਪਰ ਜਗੀਰ ਉਹਨਾਂ ਵੱਲੋਂ ਦਿੱਤਾ ਜਾਏਗਾ ਤੇ 31,000 ਰੁਪਈਆ। ਬਲਵਿੰਦਰ ਸਿੰਘ ਜੀ ਪਿੱਟੂ ਸਾਬਕਾ ਸਰਪੰਚ ਪਿੰਡ ਰਾਮਪੁਰ ਬੱਚਿਆਂ ਦੇ UK ਜਾਣ ਦੀ ਖੁਸ਼ੀ ਵਿੱਚ ਉਹਨਾਂ ਵੱਲੋਂ ਦਿੱਤਾ ਜਾਏਗਾ। ਤੇ ਕੁਸ਼ਤੀਆਂ 2 ਇਸ ਸਮੇਂ ਸਿਰੇ ਦੀਆਂ ਚੱਲ ਰਹੀਆਂ, ਵਾਕਈ ਸਿਰੇ ਦੀਆਂ ਕੁਸ਼ਤੀਆਂ ਚੱਲ ਰਹੀਆਂ। ਕੰਮ ਸਾਹਿਬ ਬੱਲੇ ਬੱਲੇ ਹੋਈ ਪਈ ਹੈ, ਬਹਿਜਾ ਬਹਿਜਾ ਹੋਈ ਪਈ ਹੈ, ਐਨ ਪੱਟਾਂ ਨਾਲ ਪੱਟ ਛਾਤੀਆਂ ਨਾਲ ਛਾਤੀਆਂ ਭਿੜ ਰਹੀਆਂ। ਆਹ ਦੇਖੋ ਪੰਜਾਬ ਦੇ 4 ਗੱਭਰੂ ਮੈਦਾਨ ਦੇ ਵਿੱਚ ਨੇ ਕਿ ਜਦ ਗੱਭਰੂ ਦੇ ਪੱਟ ਭਿੜਦੇ ਨੇ ਫਿਰ ਥਾਂ ਥਾਂ ਜਾਂਦੇ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾ ਨਾਲ, ਪਿੱਛੋਂ ਵਾਰ ਖੰਡੇ ਨਾਲ। 4 ਹੀ ਤਰੀਕੇ ਨਾਲ ਬੰਦਾ ਕਰੇ ਕੰਮ, ਸਦਾ ਪਿਆਰ ਨਾਲ, ਸ਼ੌਕ ਨਾਲ, ਲਾਲਚ ਦੇ ਡੰਡੇ ਨਾਲ। ਇਹਨੂੰ ਸਿਕੰਦਰ ਸ਼ੇਰ ਬਾਹਰ ਰਾਈਟਰ ਵਾਲਾ ਤੇ 2025 ਦੀ ਘੋੜੀਆਂ ਦੀਆਂ ਦੌੜਾਂ ਦੇ ਜਿਹੜੇ ਨਾਮ ਆ ਉਹ ਮਨਜੀਤ ਸਿੰਘ, ਕਮਲਜੀਤ ਸਿੰਘ ਪੁੱਤਰ, ਰੇਸ਼ਮ ਸਿੰਘ ਪੁੱਤਰ, ਗੁਰਦਿਆਲ ਸਿੰਘ ਜੀ ਸਰਪੰਚ ਅਤੇ ਸਮੂਹ ਐਮਆਰਈ ਪਰਿਵਾਰ ਵੱਲੋਂ, ਦੀਪਾ ਬਾਬਾ ਜੀ ਵਾਲਿਆਂ ਵੱਲੋਂ 2025 ਦੇ ਦਿੱਤੇ ਜਾਣਗੇ ਤੇ 5,000 ਘੋੜੀਆਂ ਦੀਆਂ ਦੌੜਾਂ ਲਈ 10 ਘੋੜੀਆਂ ਦੀਆਂ ਜੀ। ਦੀਪਾ ਬਾਬਾ ਜੀ ਦਵਾਈ ਵਾਲੇ ਪੁੱਛੇ ਆ, ਵੈਲਕਮ ਜੀ ਆਇਆਂ ਨੂੰ। ਤੇ ਸ਼੍ਰੀ ਵਿਜੇ ਕੁਮਾਰ ਵਰਮਾ ਜਿਨ੍ਹਾਂ ਵੱਲੋਂ ਬੁਲਟ ਮੋਟਰਸਾਈਕਲ ਹੈ, ਸਰਦਾਰ ਗਦੀਪ ਸਿੰਘ ਜੀ, ਦੀਪਾ ਸਾਨਵ, ਮੀਤ ਰਾਮ ਜੀ ਚੀਮਾ ਰੋਡ ਨੂਰ ਮਹਿਲ ਵਾਲੇ ਉਹਨਾਂ ਵੱਲੋਂ 31,000 ਰੁਪਈਆ, ਸਰਦਾਰ ਬਲਜਿੰਦਰ ਸਿੰਘ ਜੀ ਬਿੱਟੂ ਰਾਮਪੁਰ ਵਾਲਿਆਂ ਵੱਲੋਂ 51,000 ਰੁਪਈਆ, ਸਰਦਾਰ ਜਗਦੀਪ ਸਿੰਘ ਜੀ ਦੀਜਾ ਸਰਪੰਚ ਅਤੇ ਸਵਰਗੀ ਜਸਪਾਲ ਸਿੰਘ ਜੀ ਕਾਲਾ ਪਿੰਡ ਡਰਾਮੇਵਾਲ ਉਹਨਾਂ ਵੱਲੋਂ ਕਿਹੜੇ ਦਿੱਤੇ ਜਾਣਗੇ। ਅਸੀਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਦਾਨੀ ਵੀਰਾਂ ਦਾ ਤੇ ਅਖਾਲਾ ਬਾਲਮੀਕੀ ਸਵਾਮੀ ਜਲੰਧਰ ਰਾਜਨ ਕੌਰ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਦੀਪਾ ਬਾਬਾ ਜੀ ਉਹਨਾਂ ਵੱਲੋਂ ਖੁੱਲੇ 7 ਅਕਤੂਬਰ ਪਿੰਡ ਤਲਵਣ ਵਿਖੇ ਬਹੁਤ ਵੱਡਾ ਕੁਸ਼ਤੀ ਦੰਗਲ ਜਿੱਥੇ ਜੱਸਾ ਪੱਟੀ ਪੁੱਜ ਰਿਹਾ, ਸੋ ਸੰਤਾਂ ਨੋਟ ਕਰੋ, ਪਹੁੰਚਣ ਦੀ ਕਿਰਪਾਲਤਾ ਕਰੋ, ਉੱਧਰ ਮੈਦਾਨ ਦੇ ਵਿੱਚ ਚੱਲਦੀ ਹੋਈ ਬੱਲੇ ਬੱਲੇ ਕਰਾਈ ਜਾਂਦਾ ਸਾਹਿਲ ਆ ਕੋਹਾਲੀ ਵਾਲਾ, ਆ ਨੀਲੇ ਰੰਗ ਦੇ ਲਗੋਟੇ ਦੇ, ਆ ਮਾਝੇ ਦੀ ਧਰਤੀ ਦਾ ਮਜਾਲ ਆ, ਤੇ ਨਾਲ ਕਹਿੰਦੇ ਰਵੀ ਵੇਰਾ, ਆ ਨਕੋਦਰ ਸ਼ਾਹ ਬੋਲਦਾ ਲੱਕਾ, ਆ ਦੇਖੇ ਮੇਰੇ ਵੀਰ ਦਾਦਾ ਸੱਟਾ ਚੋਟਾਂ ਤੋਂ ਮੱਲਾਂ ਨੂੰ,
ਆ ਪਹੁੰਚਾ ਕੇ ਰੱਖੇ, ਕੋਈ ਆਵੇ ਪੀਰ ਪੈਗੰਬਰ ਜੋ ਰੋਕੇ ਇਹਨਾਂ ਸੜਕਾਂ ਨੂੰ, ਗਦ ਗਦ ਚੌੜੀਆਂ ਛੱਪੀਆਂ ਹੋ ਜਾਣ, ਆ ਦੇਵੇਗਾ ਅਸੀਂ ਸਮੁੱਚੇ ਸ਼ਹਿਰ ਇੱਕ ਕੱਲ ਤੋਂ ਅੱਜ ਤੋਂ ਇਹ ਫੰਡਰ ਹੁੰਦੀ ਹੈ ਮਹਾਂਪੁਰਸ਼। ਅਸੀਂ ਧੰਨਵਾਦ ਕਰਦੇ ਹਾਂ ਕਿ 2 ਅਕਤੂਬਰ ਨੂੰ ਤਲਵੰਡੀ ਧਰਤੀ ਦੇ ਵੀ ਕਹਿੰਦੇ ਪਟਾਕੇ ਹੀ ਪਵਾ ਦੇਣੇ ਆ, ਉੱਥੇ ਵੀ ਅੱਗ ਕਢਾ ਦੇਣੀ ਹੈ, ਕੁਸ਼ਤੀਆਂ ਸਿਰੇ ਤੋਂ ਸਿਰਾ, ਜਿੱਥੇ ਕੰਦੋਲੇ ਵਾਲੇ ਪੂਰੀ ਤਿਆਰੀ ਕਰੀ ਬੈਠੇ ਆ, ਉੱਪਰ ਖਾਲਸੇ ਵਾਲੇ ਕਹਿੰਦੇ ਝੰਡੇ ਗੱਡੀ ਬੈਠੇ ਆ, ਸਾਰੇ ਪੱਤਰ ਵੀ ਦੇ ਰਹੇ ਆ ਵੀ ਉੱਪਰ ਖਾਲਸੇ ਵਾਲੇ ਤੇ ਕੰਦੋਲਾ ਕਿਲਾ ਵਾਲੇ ਤੇ ਤਲਵਣ ਵਾਲੇ, ਜਿਸ ਤਰ੍ਹਾਂ ਆਪਾਂ ਸਾਰੇ ਇੱਥੇ ਹੁਮਮ ਆ ਕੇ ਪੁੱਜੇ ਆ, ਇਸੇ ਤਰ੍ਹਾਂ ਵੀਰਾਂ ਨੂੰ ਬੇਨਤੀ ਬਾਕੀ ਛਿੰਝਾਂ ਵਾਲਿਆਂ ਨੂੰ ਕਿ ਆਪਾਂ ਨੂਰ ਮਹਿਲੀਆਂ ਨੂੰ ਕਾਪੀ ਕਰਨਾ, ਆਪਾਂ ਟਾਈਮ ਸਿਰ ਬਖਸਰ, ਏਦਾਂ ਨਾ ਹੋਵੇ ਬਹੁਤ ਜ਼ਿਆਦਾ ਹਨੇਰਾ ਹੋ ਜਾਏ, ਲੋਕੀ 50-100 ਕਿਲੋਮੀਟਰ ਤੋਂ ਛਿੰਝਾਂ ਵੇਖਣ ਆਉਂਦੇ ਆ, ਜ਼ਿਆਦਾ ਹਨੇਰਾ ਹੋ ਜਾਏ ਫਿਰ ਜਾਣਾ ਔਖਾ ਹੁੰਦਾ, ਇਸ ਕਰਕੇ ਬਖਸਰ ਆਪਾਂ ਸਾਰੇ ਪੱਕੇ ਕਰਾਉਣੇ ਆ। ਸਾਹਮਣੇ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਵੇਖਦੇ ਕਿ ਇਸ ਕੁਸ਼ਤੀ ਵਿੱਚ ਕੌਣ ਜਿੱਤਦਾ, ਦੋਨੇ ਚੋਟੀ ਦੇ ਆ, ਇੱਕ ਪਾਸੇ ਰਵੀ ਬੇਰਾ ਲਾਲ ਰੰਗ ਦਾ ਲੰਗੁਰਤਾ ਤੇ ਦੂਜੇ ਪਾਸੇ ਆ ਸਾਹਿਲ ਹੈ ਬਹਾਲੀ ਵਾਲਾ। ਰੰਗ ਸਾਹਿਬ ਤੇ ਧੰਨਵਾਦ ਹੈ ਜੀ, ਬੰਬੇ ਟੈਂਟ ਹਾਊਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ, ਹੀਰਾ ਵੱਲੋਂ ਸ਼ਰਮਾ ਜੀ ਉਹਨਾਂ ਦੇ ਬੇਟਿਆਂ ਵੱਲੋਂ ਸਪੈਸ਼ਲ ਬੋਲਾਂ ਤੋਂ ਖੁਸ਼ ਹੋ ਕੇ, ਸੰਜੂ ਜੀ ਉਹਨਾਂ ਵੱਲੋਂ 500 ਰੁਪਏ ਦਾ ਮਾਣ ਆਇਆ, ਸੰਜੂ ਸ਼ਰਮਾ ਜੀ ਬਹੁਤ ਤਹਿ ਦਿਲ ਤੋਂ ਧੰਨਵਾਦ ਹੈ ਵੀਰਾਂ ਦਾ। ਉੱਥੇ ਸਾਰੀਆਂ ਸੰਗਤਾਂ ਅੱਜ ਬੜੇ ਪਿਆਰ ਦੇ ਨਾਲ ਇਸ ਸਿੰਘ ਨੂੰ ਵੇਖ ਰਹੀਆਂ, ਵੀਰਾਂ ਵੱਲੋਂ ਵੱਡੇ ਮਾਣ, ਸੁਰਜੀਤ ਧਰਮੰਤ ਵੀਰਾਂ ਵੱਲੋਂ ਬੋਲਾਂ ਤੋਂ ਖੁਸ਼ ਹੋ ਗਏ, ਵੱਡੇ ਮਾਣ ਪੂਜੇ ਕੀਤੇ ਗਏ, ਤਹਿ ਦਿਲ ਤੋਂ ਧੰਨਵਾਦ। ਉੱਪਰ ਕਹਿੰਦੇ ਤਾਰਾਂ ਲੰਘਦੀਆਂ 11 ਕੇਵੀ ਦੀਆਂ, ਇਸ ਕਰਕੇ ਹਰ ਸਾਲ ਇਹ ਪ੍ਰੋਬਲਮ ਆਉਂਦੀ ਹੈ, ਥੋੜਾ ਜਿਹਾ ਡਿਸਟਰਬ ਹੁੰਦੀ ਆਵਾਜ਼। ਹਾਂਜੀ ਆ ਜਾਓ ਬਈ, ਝੰਡੀ ਦੀ ਕੁਸ਼ਤੀ ਦੇ ਦੋਨੋਂ ਪਹਿਲਵਾਨ ਮਹਿੰਦਰ ਗਾਇਕਵਾਲ ਦੇ ਨਾਲ ਭੁਪਿੰਦਰ ਰਜਨਾਲਾ, ਇਹ ਵੀ ਦੋਨੋਂ ਪਹਿਲਵਾਨ ਕਹਿੰਦੇ ਝੰਡੀ ਤਿਆਰ ਹੋ ਕੇ ਹੁਣ ਖਾੜੇ ਦੇ ਵਿੱਚ ਆ ਜਾਓ, ਤਾਂ ਜੋ ਦਰਸ਼ਕ ਵੀਰਾਂ ਦੀ ਫੁੱਲ ਮੰਗ ਡਿਮਾਂਡ ਹੈ ਕਿ ਵੱਡੀ ਕੁਸ਼ਤੀ ਆ, ਵੱਡਾ ਮੁਕਾਬਲਾ ਹੈ ਅੱਜ ਨੂਰ ਮਹਿਲ ਦੀ ਧਰਤੀ ਦੇ, ਕੁੰਡੀਆਂ ਦੇ ਸਿੰਘ ਫਸਣ ਵਾਲੀ ਕੁਸ਼ਤੀ ਹੋਣੀ ਹੈ ਕਿ ਪਿੰਜਰਾ ਭਾਵੇਂ ਹੋਵੇ ਸੋਨੇ ਦਾ ਪਰ ਆਜ਼ਾਦ ਪੰਛੀ ਵਰਗਾ ਨਜ਼ਾਰਾ ਨਹੀਂ ਆ ਸਕਦਾ, ਉਹ ਜੁੱਤੀ ਭਾਵੇਂ ਹੋਵੇ ਸੋਨੇ ਦੀ ਪਾ ਕੇ ਮੰਦਰ ਦੇ ਅੰਦਰ ਨਹੀਂ ਜਾ ਸਕਦਾ, ਤਾਰੂ ਹੋਵੇ ਭਾਵੇਂ ਸਮੁੰਦਰਾਂ ਦਾ ਮਿਲਾ ਬਿਨਾ ਨਹੀਂ ਪਾਰ ਜਾ ਸਕਦਾ, ਸ਼ੇਰ ਭੁੱਖਾ ਤਾਂ ਕਹਿੰਦੇ ਮਰ ਜਾਊਗਾ ਪਰ ਮਰਦਾ ਮਰਦਾ ਘਾਹ ਨਹੀਂ ਖਾ ਸਕਦਾ, ਬਿਲਕੁਲ ਸ਼ੇਰ ਕਦੇ ਘਾਹ ਨਹੀਂ ਖਾ ਸਕਦਾ, ਉਧਰ ਤਾੜੀਆਂ ਵਾਲੋਂ ਖਿੱਚ ਕੇ ਆ ਜਾਣ ਆ ਗਿਆ ਇਹ ਭੁਪਿੰਦਰ ਅਜਨਾਲਾ, ਬਾਬਾ ਭਗਤੀ ਨਾਂ ਦਾ ਖਾਲਾ, ਇਹ ਵੀ ਮਾਝੇ ਦੀ ਧਰਤੀ ਦਾ ਵੱਡਾ ਬੱਬਰ ਸ਼ੇਰ ਹੈ ਤੇ ਕੁਸ਼ਤੀ ਲੜੇਗਾ ਮਹਿੰਦਰ ਗਾਇਕਵਾਲ ਖਾਲ ਖਾੜਾ ਇਸ ਸਮੇਂ ਧਲੇਤੇ ਵਾਲਾ, ਉਹ ਵੀ ਮੱਲ ਜਲਦੀ ਤਿਆਰ ਹੋ ਕੇ ਖਾੜੇ ਦੇ ਵਿੱਚ ਆ ਜਾਓ, ਤਾਂ ਜੋ ਅੱਜ ਦੀ ਇੱਕ ਨੰਬਰ ਦੀ ਵੱਡੀ ਅਲਟੋ ਗੱਡੀ ਵਾਲੀ ਕੁਸ਼ਤੀ ਸਾਡੇ ਗੌਰਵ ਕਾਲ ਹੋ USA ਪਰਿਵਾਰ ਵੱਲੋਂ ਜੀ ਗੰਗ ਸਾਹਿਬ ਸਾਡੇ ਬਹੁਤ ਜ਼ਿਆਦਾ ਰਿਸਪੈਕਟਡ, 2 ਵਾਰ ਇਸ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਬਹੁਤ ਹੀ ਮਾਣਯੋਗ ਸਰਦਾਰ ਗੁਰਪ੍ਰਤਾਪ ਸਿੰਘ ਜੀ ਬਰਾੜਾ ਸਾਹਿਬ, ਸਾਬਕਾ MLA ਹਲਕਾ ਨਕੋਦਰ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ,
ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਹਾਰਦਿਕ ਸਵਾਗਤ ਕਰਦੇ ਹਾਂ। ਧੰਨਵਾਦ ਆ ਉਹਨਾਂ ਦਾ। ਹਰ ਸਿੰਘ ਵਿੱਚ ਉਚੇਚੇ ਤੌਰ ਤੇ ਆਪਣੇ ਸਾਰੇ ਮਿੱਤਰਾਂ ਦੋਸਤਾਂ ਨੂੰ ਲੈ ਕੇ ਇਸ ਦਾ ਮਾਣ ਬਣਾਉਂਦੇ ਨੇ। ਸਰਦਾਰ ਨਿਰਮਲ ਸਿੰਘ ਜੀ ਉਚੇਚੇ ਤੌਰ ਤੇ ਪੁੱਜੇ ਆ, ਸੋ ਇਹਨਾਂ ਦਾ ਵੀ ਧੰਨਵਾਦ ਹਰੀਪੁਰ ਤੋਂ। ਸੋ ਜਿਵੇਂ ਜਿਵੇਂ ਕਿਉਂਕਿ ਇੱਕ ਵਾਰੀ ਗੇੜਾ ਕੱਢ ਲਈਏ ਪਤਾ ਲੱਗ ਜਾਂਦਾ ਚਾਰੇ ਪਾਸੇ ਸਾਰੇ ਆਪਣੇ ਮਿੱਤਰ ਨੇ। ਸੋ ਮੈਂ ਧੰਨਵਾਦ ਕਰਦਾ ਸਰਦਾਰ ਗੁਰਪ੍ਰਤਾਪ ਸਿੰਘ ਜੀ ਵੜਾਲ ਸਾਹਿਬ ਤੇ ਉਧਰ ਪੂਰੀ ਤਰ੍ਹਾਂ ਅੰਬਰਾ ਤੱਕ ਵੀ ਧਮਕਾਂ ਪੈ ਰਹੇ ਆ, ਕਹਿੰਦੇ ਅੰਬਰਾ ਤੱਕ ਵੀ ਧਮਕ ਗੂੰਜਦੀ ਧੱਕ ਧੱਕ ਸੀਨਾ ਧਰ ਕੇ ਹਿੱਕਾਂ ਦੇ ਵਿੱਚ ਹਿੱਕਾਂ ਵੱਜਣ ਖੜਦੇ ਨੇ ਅੜ ਅੜ ਕੇ ਜੋਰਾਂ ਵਾਲੇ ਜਿਗਰਾ ਰੱਖਦੇ ਵਿੱਚ ਮੈਦਾਨਾਂ ਖੜ ਕੇ ਉਹ ਭੱਜ ਜਾਵੇ ਮਿੱਤਰਾ ਅੱਜ ਟਗੂਏ ਤੇ ਟਗੂਆ ਖੜ ਕੇ ਭੱਜ ਜਾਵੇ ਮੱਖਣਾ ਅੱਜ ਟਗੂਏ ਤੇ ਟਗੂਆ ਸਿਕੰਦਰ ਸ਼ੇਖ ਨੇ ਸਿਰਾ ਕਰ ਦਿੱਤਾ ਅੱਜ ਬੱਲੇ ਬੱਲੇ ਕਰਾਉਣ ਲਈ ਆ ਭੁਪਿੰਦਰ ਜਨਾਲਾ ਵੀ ਪੁੱਜ ਗਿਆ ਮਿਰਚ ਦੂਜੇ ਪਾਸੇ ਜਲਦੀ ਤੋਂ ਜਲਦੀ ਮੰਦਰ ਗਾਇਕਵਾੜ ਖਾੜਾ ਤਲੇਤਾ ਉਹ ਵੀ ਜਲਦੀ ਖਾੜੇ ਦੇ ਵਿੱਚ ਆ ਜਾਓ ਆਹ ਦੁੱਧ ਮੱਖਣਾ ਨਾ ਪਾਲੇ ਹੋਏ ਸਰੀਰ ਹੈ ਆਹ ਗੱਜ ਚੌੜੀਆਂ ਛਾਤੀਆਂ ਕੇ ਸ਼ੀਸ਼ੇ ਮੋਹਰੇ ਖੜ ਕੇ ਹਰ ਕੋਈ ਡੋਲੇ ਤੱਕਦਾ ਏ ਮੈਂ ਹਾਂ ਸਭ ਤੋਂ ਤਗੜਾ ਮੰਚ ਭੁਲੇਖੇ ਰੱਖਦਾ ਏ ਵਿੱਚ ਖਾੜੇ ਦੇ ਆ ਕੇ ਲਾਉਣਾ ਪੈਂਦਾ ਆਹ ਜੋਰ ਜਵਾਨੀ ਦਾ ਉਹ ਕੌਡੀਓ ਹੀਰਾ ਬਣ ਜਾਂਦਾ ਜਿਹਨੂੰ ਲੱਗ ਜਾਏ ਇਸ਼ਕ ਭਲਵਾਨੀ ਦਾ ਅੱਜ ਭਲਵਾਨੀ ਦਾ ਦਰਸ਼ਕ ਵੀਰਾਂ ਲੱਗਾ ਤਾਂ ਹੀ ਆਏ ਆ ਇੱਧਰ ਸਾਡੇ ਮਾਣਯੋਗ ਇੰਸਪੈਕਟਰ ਸਰਦਾਰ ਗੁਰਪ੍ਰਤਾਪ ਸਿੰਘ ਜੀ ਵੜਾਲਾ ਸਾਹਿਬ ਸਾਡੇ ਇਸ ਹਲਕੇ ਦੀ ਦੋ ਵਾਰ ਇਹਨਾਂ ਨੇ ਨੁਮਾਇੰਦਗੀ ਕੀਤੀ ਹੈ ਚੇਚੇ ਤੌਰ ਤੇ ਪੁੱਜੇ ਹੈ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਉਹਨਾਂ ਦੇ ਨਾਲ ਆਏ ਸਾਰੇ ਪਤਵੰਤੇ ਸੱਜਣਾਂ ਦਾ ਇਲਾਕੇ ਦੀ ਪੂਰੀ ਕਰੀਬ ਪੁੱਜੀ ਹੋਈ ਹੈ ਔਰ ਬਹੁਤ ਬਹੁਤ ਧੰਨਵਾਦ ਹੈ ਮਾਣਯੋਗ ਸ਼੍ਰੀ ਬਲਵੀਰ ਸਿੰਘ ਜੀ ਕੌਲਧਾਰ ਸਾਹਿਬ ਉਹਨਾਂ ਦੇ ਨਾਲ ਨੇ ਦੋ ਮਿੰਟ ਵਾਸਤੇ ਮੈਂ ਚਾਹਾਂਗਾ ਕਿ ਸੰਗਤ ਨੂੰ ਮੁਬਾਰਕਾਂ ਦੇਣਗੇ ਔਰ ਅੱਜ ਦੇ ਇਸ ਸਾਲਾਨਾ 120ਵੇਂ ਦੰਗਲ ਦੇ ਮੌਕੇ ਤੇ ਸੰਗਤ ਦੇ ਨਾਲ ਦੋ ਮਿੰਟ ਵਾਸਤੇ ਰੂਬਰੂ ਹੋਣਗੇ ਸਰਦਾਰ ਗੁਰਪ੍ਰਤਾਪ ਸਿੰਘ ਜੀ ਵੜਾਲਾ ਸਾਹਿਬ ਆਪਣੇ ਇਲਾਕੇ ਦੀ ਬਹੁਤ ਹੀ ਮਸ਼ਹੂਰ ਸਿੰਘ ਵਿੱਚ ਸਾਰੇ ਆਏ ਹੋਏ ਪਤਵੰਤੇ ਸੱਜਣੋ ਬਜ਼ੁਰਗੋ ਤੇ ਵੀਰੋ ਸਾਰੀ ਸਿੰਘ ਦੀ ਕਮੇਟੀ ਦੇ ਮੈਂਬਰ ਸਾਹਿਬਾਨ ਸ਼੍ਰੀ ਸੁਰਿੰਦਰ ਸ਼ਰਮਾ ਜੀ ਆਪਣੇ ਅੰਕਲ ਜੀ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਸਾਰੇ MC ਸਾਹਿਬਾਨ XMC ਸਾਹਿਬਾਨ ਤੇ ਹੋਰ ਸਾਰੇ ਜਿੰਨੇ ਵੀ NRI ਆਪਣੇ ਵੀਰ ਨੇ ਪਰਿਵਾਰ ਨੇ ਬੀਬੀ ਇੰਦਰਜੀਤ ਕੌਰ ਮਾਨ ਜੀ ਜਿਹੜੀ ਆਪਣੇ ਹਲਕੇ ਦੇ MLA ਨੇ ਪਹਿਲਾਂ ਦਾ ਸਾਰਿਆਂ ਨੂੰ ਇਸ ਪੰਜਾਬ ਦੀ ਮਸ਼ਹੂਰ ਸਿੰਘ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਬੜੇ ਚਾਵਾਂ ਨਾਲ ਰੀਝਾਂ ਦੇ ਨਾਲ ਨੂਰ ਮਹਿਲ ਦੇ ਨਿਵਾਸੀ ਇਸ ਸਿੰਘ ਦੀ ਤਿਆਰੀ ਕਰਦੇ ਨੇ ਤੇ ਹਜ਼ਾਰਾਂ ਦਾ ਇਕੱਠ ਹੁੰਦਾ ਜਿੱਥੇ ਆਪਾਂ ਆ ਕੇ ਜਿਹੜੇ ਨਾਮੀ ਪਹਿਲਵਾਨ ਨੇ ਉਹਨਾਂ ਦੇ ਆਪਣਾ ਘੋਲ ਦੇਖਦੇ ਹਾਂ ਉਹਨਾਂ ਦੇ ਜ਼ੋਰ ਦੇਖਦੇ ਹਾਂ ਤੇ ਇਹ ਸਿੰਘ ਬਹੁਤ ਚੰਗਾ ਸੁਨੇਹਾ ਛੱਡ ਕੇ ਜਾਂਦੀ ਹੈ ਕਿ ਵੱਖਰੇ ਵੱਖਰੇ ਅਖਾੜਿਆਂ ਚੋਂ ਪਹਿਲਵਾਨ ਆਉਂਦੇ ਨੇ ਮਿਹਨਤ ਕਰਕੇ ਕਸਰਤ ਕਰਕੇ ਕਮਾਈਆਂ ਕਰਕੇ ਐਵੇਂ ਜਿਵੇਂ ਆਪਾਂ ਨੂੰ ਸਭ ਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਤੇ ਜਿਵੇਂ ਕਹਿੰਦੇ ਹੈ ਜਾਨ ਹੈ ਤਾਂ ਜਹਾਨ ਹੈ
ਇਹ ਦੁਨੀਆ ਨਹੀਂ ਕਮਜ਼ੋਰਾਂ ਦੀ, ਇਹ ਪਿੜ ਹੈ ਸੂਰਵੀਰਾਂ ਦਾ, ਤਾਕਤਵਾਰਾਂ ਦਾ ਪਿੜ ਹੈ। ਸੋ ਇਸ ਲਈ ਸਾਰੇ ਨੂਰ ਮਹਿਲ ਦੇ ਨਗਰ ਨਿਵਾਸੀ ਵਧਾਈ ਦੇ ਪਾਤਰ ਨੇ, ਸਾਰੇ ਸਾਡੇ MC ਸਾਹਿਬਾਨ ਬਾਲੀ ਜੀ, ਗਿੱਲ ਸਾਹਿਬ, ਜੱਸਲ ਸਾਹਿਬ, ਮਿਸਰ ਸਾਹਿਬ ਜਾਂ ਹੋਰ ਜਿੰਨੇ ਪ੍ਰਬੰਧਕ ਨੇ, ਜੇ ਕਿਸੇ ਦਾ ਨਾਮ ਨਾ ਲੈ ਸਕਿਆ ਖਿਮਾ ਕਰਿਓ, ਤੁਸੀਂ ਸਾਰੇ ਬੜੇ ਮੌਜੂਦ ਹੋ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ, ਬੜੇ ਮਾਣ ਨਾਲ ਆਪਾਂ ਸਾਰੇ ਚਿੰਨ੍ਹ ਦੇ ਕੇ ਆਉਂਦੇ ਹਾਂ ਅਤੇ ਹੁਣ ਬਾਕੀ ਵੀ ਆਪਾਂ ਕੋਲ ਦੇਖ ਰਹੇ ਹਾਂ। ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸ੍ਰੀ ਪਟਿਆਲਾ ਸਾਹਿਬ ਦਾ ਬੋਲ ਜਿਵੇਂ ਲੰਮਾ ਸਮਾਂ ਮੇਹਰ ਦੀਆਂ ਵੀ ਗੱਲਾਂ ਸਿੰਘ ਦੇ ਵੇਲੇ ਦੇ ਵਿੱਚ ਹੋਈਆਂ, ਪਰ ਅੱਜ ਸਿਰੇ ਦੀ ਕੁਸ਼ਤੀ ਲੜੇਗਾ ਇੱਕ ਪਾਸੇ ਰਵੀ ਵੇਰਾ। ਹੁਣ ਕੌਣ ਪੁਆਇੰਟ ਬਣਾ ਕੇ ਕੁਸ਼ਤੀ ਦਾ ਆਹ ਫੈਸਲਾ ਕਰਦਾ? ਆਹ ਮਾਲਕ ਦੋਨੋਂ ਹੀ ਚੋਟੀ ਦੇ ਹੈ, ਜ਼ੋਰ ਜਵਾਨੀ ਦੇ ਮੁਕਾਬਲੇ ਹੈ ਤੇ ਚੜ੍ਹਦੀ ਜਵਾਨੀ ਦਾ ਨੀ ਮਾਣ ਕਰੀਦਾ, ਸੱਪਾਂ ਦੀਆਂ ਸਿਰੀਆਂ ਤੇ ਵੀ ਪੈਰ ਧਰੀਦਾ। ਹੁੰਦੇ ਨਾ ਬਗਾਨੇ ਪੁੱਤ ਪਰੇ ਤੋਂ ਪਰੇ, ਸਾਡੇ ਮਾਰੇ ਲੱਖੀਆਂ ਤੇ ਦਿਲ ਚ ਭੁਲੇਖਾ, ਆ ਰੋਗ ਤੇ ਅਸੀਂ ਕਹਿੰਦੇ ਖਰੇ ਤੋਂ ਖਰੇ। ਇਹ ਜੇਜੀ ਨਹੀਂ ਸਰੇ, ਐਵੇਂ ਨਹੀਂ ਗੀਤ ਗਾਤੇ ਕੇ ਕੰਮ ਪੰਜਾਬੀ। ਇੱਧਰ ਸਾਡੇ ਮਾਨਯੋਗ ਪਰਮਰਾਜ ਸਿੰਘ ਦੀ ਚਾਲ, ਸਾਨੂੰ ਵਰਿੰਦਰ ਮੋਹਨ ਸਿੰਘ ਦੀ ਚਾਲ, ਥਾਣੇਦਾਰ ਸਾਹਿਬ ਸੁਖਚੈਨ ਸਿੰਘ ਜੀ ਹੁੰਦਲ, ਦਰਬਾਰ ਸਿੰਘ ਦੀ ਚਾਲ, ਇਹਨਾਂ ਵੱਲੋਂ ਬਹੁਤ ਸਾਰਾ ਮਾਣ ਸਪੈਸ਼ਲ ਉਹਨਾਂ ਤੋਂ ਖੁਸ਼ ਹੋ ਗਿਆ, ਤੈਨ ਤੋਂ ਧੰਨਵਾਦ ਹੈ। ਸਰਦਾਰ ਬਲਦੇਵ ਸਿੰਘ ਅਣਸਨ ਜਤਿੰਦਰ ਸਿੰਘ ਜੀ, ਮੇਰਾ ਵੀਰ ਜਤਿੰਦਰ ਵੱਲੋਂ ਸਪੈਸ਼ਲ ਮਾਣ ਆਇਆ, ਤੈਨ ਦਿਲ ਤੋਂ ਧੰਨਵਾਦ ਹੈ ਵੀਰ ਦਾ, ਉਹਨਾਂ ਤੋਂ ਖੁਸ਼ ਹੋ ਕੇ ਰਾਤੀ ਵੀ ਮਾਣ ਆਇਆ, ਹੁਣ ਫੇਰ ਆ ਗਿਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਆਓ ਮੇਰੇ ਵੀਰ ਪੁਆਇੰਟ, ਆਪਾਂ ਚੰਡੀ ਦੀ ਵੱਡੀ ਕੁਸ਼ਤੀ ਜਿਹੜੀ ਸ਼ੁਰੂ ਕਰਾਉਣੀ ਆ, ਹੁਣ ਪੁਆਇੰਟ ਤੇ ਕੁਸ਼ਤੀ ਜਿਹੜੀ ਆ ਰੁਕਣੀ ਨਹੀਂ ਚਾਹੀਦੀ ਸਾਹਿਬ। ਹੁਣ ਤਾਂ ਗੱਦਿਆਂ ਵਾਲਾ ਕੰਮ ਕਰਕੇ ਦਿਖਾਓ, ਜਿੰਨਾ ਜ਼ੋਰ 20 ਮਿੰਟ ਚ ਲੱਗਾ ਹੁਣ 3 ਮਿੰਟ ਚ ਮਾੜਾ ਮੋਟਾ ਰਿਸਕ ਲੈਣਾ ਹੀ ਪੈਣਾ। ਕੁਸ਼ਤੀ ਦੇ ਫੈਸਲੇ ਤਾਂ ਹਰਸ਼ਕਰ ਸਿੰਘ ਜੀ ਆਹ ਬੱਲੇ ਬੱਲੇ ਕਰਾਉਂਦਾ ਕਿ ਜਿਹੜਾ ਤੀਰ ਨਿਸ਼ਾਨੇ ਤੋਂ ਖੁੱਲ ਜਾਵੇ ਉਹ ਕਾਦਾ ਹਥਿਆਰ, ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਜਾਏ ਵਾਰ। ਇੱਧਰ ਲਸ਼ਕਰ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਸਨਮਾਨ ਲਓ ਜੀ, ਔਰ ਹਰਿੰਦਰ ਸਿੰਘ ਜੀ ਉਹ ਵੀ ਸਨਮਾਨ ਲਓ ਜੀ, ਦਲਵਿੰਦਰ ਸਿੰਘ ਜੀ ਉਹ ਵੀ ਆਪਣਾ ਸਨਮਾਨ ਲੈਣਗੇ ਜੀ, ਔਰ ਕੁਲਦੀਪ ਸਿੰਘ ਜੀ ਮਹਿਤਪੁਰ ਵਾਲੇ, ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰੋ ਜੀ। ਜਿਹੜੇ ਸਾਡੇ ਮਾਨਯੋਗ ਸਾਬਕਾ MLA ਸਰਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਸਾਹਿਬ, ਉਹਨਾਂ ਦੇ ਨਾਲ ਆਏ ਆ, ਥੋੜੇ ਜਿਹੇ ਪਿੱਛੇ ਨੂੰ ਹੋ ਕੇ ਬਹਿ ਜਾਓ, ਬੰਸਦੀ ਪਿੱਛੇ ਨੂੰ ਬੁਲਾਇਆ ਸਾਰਿਆਂ ਨੂੰ। ਰਹੀਮਪੁਰ ਵਾਲੇ ਲਸ਼ਕਰ ਸਿੰਘ ਜੀ ਰਹੀਮਪੁਰ ਤੋਂ, ਔਰ ਹਰਿੰਦਰ ਸਿੰਘ ਜੀ, ਦਲਵਿੰਦਰ ਸਿੰਘ ਜੀ ਔਰ ਕੁਲਦੀਪ ਸਿੰਘ ਜੀ ਮਹਿਤਪੁਰ ਵਾਲੇ, ਆਪਣਾ ਸਨਮਾਨ ਪ੍ਰਾਪਤ ਕਰੋ ਜੀ। ਬਣਾਓ ਬਣਾਓ ਮੇਰੇ ਵੀ ਪੁਆਇੰਟ ਚਾਂਡੀ ਦੀ ਵੱਡੀ ਕੁਸ਼ਤੀ ਦੇ, ਦੇਖੋ 10-20 ਹਜ਼ਾਰ ਆਹ ਦਰਸ਼ਕ ਵੀਰਾਂ ਦਾ ਠਾਠਾ ਮਾਰਦਾ ਕਾਠਾ ਤੇ ਨੂਰ ਮਹਿਲਦਾ ਇਤਿਹਾਸਕ ਛਿੰਝ ਮੇਲਾ ਦੇਖਣ ਲਈ ਪੁੱਜੇ ਆ। ਕੁਸ਼ਤੀ ਨਾਲ ਪੰਜਾਬੀਆਂ ਨੂੰ ਇਸ਼ਕ ਦਾਦਾ ਜਿਵੇਂ ਮੱਕੀ ਦੀ ਰੋਟੀ ਨਾਲ ਮੱਖਣ ਸਾਗਦਾ ਏ। 5 ਦਰਿਆਵਾਂ ਦੇ ਵਿੱਚੋਂ ਇਹ ਜਨਮੀ ਆ ਪੱਤਾਂ ਵਾਂਗ ਇਸ ਖੇਡ ਨੂੰ ਪਾਲਦਾ ਏ, ਜਿੱਥੇ ਗਏ ਖੇਡਾਂ ਨਾਲ ਲੈ ਗਏ ਗਿੱਧਾ ਭੰਗੜਾ ਸ਼ੌਕ ਕਮਾਲਦਾ ਏ, ਆ ਕੇ ਵਿੱਚ ਨੂਰ ਮਹਿਲਦੇ ਫੜੇਂਗੇ ਤੂੰ ਤਕਲਾ, ਆ ਟੌਰ ਪੰਜਾਬੀਆਂ ਦਾ ਕੱਚ ਪੰਜਾਬੀਆਂ ਦਾ ਆ ਠਾਠਾ ਵਿਆਹ ਮਾਰਦਾ ਏ, ਆ ਟੌਰ ਆ।